ਇਹ ਝੋਗੀ ਹੈ ਜੀ ਝੋਟੀ, ਆਹ ਵੇਖ ਲਓ ਕੱਟੀ ਹੈ ਜੇ ਆ ਬਿਲਕੁਲ ਜੀ ਪਹਿਲਨ ਝੋਟੀ ਹੈ ਜੀ ਪਹਿਲਨ ਝੋਟੀ ਹੈ ਤੇ ਆਹ ਵੇਖ ਲਓ ਤੁਸੀਂ ਸਿੰਘ ਵੇਖੋ ਝੋਟੀ ਦਾ ਹੁਸਨ ਦੇਖੋ ਮਾਸ਼ਾਅੱਲਾ ਮਾਸ਼ਾਅੱਲਾ ਅਸਲਾਮੁ ਅਲੈਕੁਮ ਸਜਣੋ ਤੇ ਬੇਲੀਓ ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ ਅੱਜ ਦਿਨ ਹੈ ਜੀ ਇਤਵਾਰ ਦਾ ਤੇ ਇਸ ਟਾਈਮ ਸਿਆਲਕੋਟ ਦੇ ਨਾਮਵਰ ਵਪਾਰੀ ਤਾਰਕ ਬਾਬੂ ਸਾਹਿਬ ਦੇ ਡੇਰੇ ਤੇ ਮੌਜੂਦ ਹਾਂ ਤੇ ਮਾਸ਼ਾਅੱਲਾ ਜੀ ਭਾਈ ਤਾਰਕ ਸਾਹਿਬ ਮਿਹਨਤ ਕਰਕੇ ਦੋਸਤਾਂ ਵਾਸਤੇ ਤਿੰਨ ਖੂਬਸੂਰਤ ਪਹਿਲਨ ਝੋਟੀਆਂ, ਇਸ ਤੋਂ ਇਲਾਵਾ ਦੋ ਖੂਬਸੂਰਤ ਗਾਵਾਂ ਤੇ ਇੱਕ ਖੀਰੀ ਵੱਛੀ ਵੀ ਲੈ ਕੇ ਆਏ ਨੇ ਤੇ ਮਾਸ਼ਾਅੱਲਾ ਜੀ ਅੱਜ ਦੀ ਇਸ ਵੀਡੀਓ 'ਚ 15-16 ਕਿਲੋ ਦੁੱਧ ਵਾਲੇ ਜਾਨਵਰ ਵੀ ਮੌਜੂਦ ਨੇ। ਕਮ ਅਜ਼ ਕਮ ਕੀਮਤ ਜੀ 1,00,000 ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਅਤੇ ਉਹਨਾਂ ਦਾ ਜਿਹੜਾ ਰੇਟ ਹੈ ਕੀਮਤ ਹੈ ਉਹ ਵੀ ਮਲੂਮ ਕਰਨੇ ਆ ਭਾਈ ਤਾਰਕ ਸਾਹਿਬ ਆਓ ਜੀ ਸਾਹਮਣੇ ਜੀ। ਅਸਲਾਮੁ ਅਲੈਕੁਮ। ਵਾਲੇਕੁਮ ਅਸਲਾਮ ਜੀ। ਜੀ ਭਾਈ ਤਾਰਕ ਸਾਹਿਬ ਕੀ ਹਾਲ, ਠੀਕ ਹੋ? ਅੱਲਾ ਦਾ ਸ਼ੁਕਰ ਠੀਕ ਠਾਕ ਭਾਈ, ਤੁਸੀਂ ਸੁਣਾਓ? ਠੀਕ ਅੱਲਾ ਪਾਕ ਦਾ ਬੜਾ ਸ਼ੁਕਰ, ਉਹਦੀ ਜ਼ਾਤ ਦਾ ਕਰਮ ਹੈ। ਆਲਰੇਡੀ ਚੰਦ ਇੱਕ ਵੀਡੀਓਜ਼ ਅਪਲੋਡ ਕੀਤੀਆਂ ਨੇ, ਸ਼ੌਕ ਅੱਛਾ ਕਰਾਂਦੇ ਹੋ ਮਾਸ਼ਾਅੱਲਾ ਜੀ। ਦੋਸਤ ਆਲਰੇਡੀ ਜਨਾਬ ਦੇ ਨਾਮ ਤੋਂ ਜਨਾਬ ਦੇ ਕੰਮ ਤੋਂ ਵਾਕਫ ਨੇ, ਦੋਸਤਾਂ ਨੂੰ ਫਿਰ ਆਪਣਾ ਤੇ ਆਪਣੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਦਿਓ ਜੀ। ਨਾਮ ਮੇਰਾ ਮੁਹੰਮਦ ਤਾਰਕ ਬਾਬੂ ਹੈ, ਤਹਿਸੀਲ ਵਾ ਜ਼ਿਲ੍ਹਾ ਸਿਆਲਕੋਟ ਹੈ। ਇੱਧਰੋਂ ਵਜ਼ੀਰਾਬਾਦ ਵੱਲੋਂ ਆਈਏ ਤਾਂ ਫਿਰ ਵੀ ਸੰਭੜਿਆਲ ਲੰਘ ਕੇ ਅੱਗੇ ਉਗੋਗੀ ਕਸਬਾ ਸਾਡਾ, ਉੱਧਰੋਂ ਸਿਆਲਕੋਟ ਵੱਲੋਂ ਆਈਏ ਅਤੇ ਸਿਆਲਕੋਟ ਕੋਲ 5-6 ਕਿਲੋਮੀਟਰ ਹੈ, ਮੇਨ ਦੇ ਨਜ਼ਦੀਕ ਡੇਰਾ ਸਾਡਾ। ਬਾਕੀ ਭਾਈ ਅੱਗੇ ਵੀ ਆਉਂਦੇ ਨੇ, ਫੋਨ 'ਤੇ ਰਾਬਤਾ ਕਰ ਲੈਂਦੇ ਨੇ ਅਤੇ ਸਾਰੇ ਭਰਾਵਾਂ ਨੂੰ ਪਤਾ ਹੀ ਆ ਰਹੀ ਇਨਸ਼ਾਅੱਲਾ। ਮਜ਼ੀਦ ਨੰਬਰ ਵੀ ਸਕਰੀਨ 'ਤੇ ਜੀ। ਇਸ ਤੋਂ ਇਲਾਵਾ ਇੱਕ ਆਪਸ਼ਨ ਹੋਰ ਦੇਣਾ ਭਾਈਆਂ ਨੂੰ ਕਿ ਇਹ ਹਵੇਲੀ ਹੈ 7 ਮਰਲੇ 'ਚ, ਠੀਕ ਹੈ? ਪਿਛਲੀ 16 ਮਰਲੇ ਜਗ੍ਹਾ, 16 ਚੋਂ 10 ਮੇਰੀ ਹੈ ਅਤੇ 6 ਕਿਸੇ ਹੋਰ ਦੀ ਹੈ। ਜੇ ਕਿਸੇ ਭਰਾ ਨੇ ਜਗ੍ਹਾ ਵੀ ਲੈਣੀ ਹੋਵੇ, ਨਾਲ ਚੱਲਦਾ ਡੇਰਾ, ਨਾਲ ਡੰਗਰ, ਟੋਕਾ ਸ਼ੋਕਾ ਹਰ ਚੀਜ਼। ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਮੇਰਾ ਕੋਈ ਜ਼ਮੀਨ ਹੈ ਖੰਭਰਾਲੇ ਜੀ, ਨਾਲ ਸਾਡੀਆਂ ਫੈਕਟਰੀਆਂ ਉੱਥੇ ਬਣਦੀਆਂ ਨੇ ਪਈਆਂ, ਅਤੇ ਮੈਂ ਚਾਹੁੰਦਾ ਕਿ ਸਾਰੇ ਕੰਮ ਇੱਕ ਜਗ੍ਹਾ ਇਕੱਠੇ ਕਰ ਲਈਏ, ਠੀਕ ਹੈ? ਡੇਰਾ ਵੀ ਉੱਥੇ ਬਣਾ ਲਈਏ, ਫੈਕਟਰੀ ਵੀ ਬਣਾ ਲਈਏ, ਸਾਰਾ ਦੁਕਾਨਦਾਰੀ ਦਾ ਸਿਸਟਮ ਉੱਥੇ ਆਵੇ, ਨਾਲ ਲੈਦਰ ਦਾ ਕੰਮ ਹੈ, ਲੈਦਰ ਦੀਆਂ ਜੈਕਟਾਂ ਬਣਾਉਂਦੇ ਹਾਂ, ਅਤੇ ਮੈਂ ਚਾਹੁੰਦਾ ਕਿ ਸਾਰਾ ਕੰਮ ਇੱਕ ਜਗ੍ਹਾ ਇਕੱਠਾ ਕਰ ਲਈਏ। ਜਿਹੜੇ ਕਿਸੇ ਭਾਈ ਨੇ ਕਰਨਾ ਕੋਈ ਆਪਣਾ ਜਾਂ ਇਹਨਾਂ ਦੇ ਕਾਰੋਬਾਰ, ਅਤੇ ਅੱਲਾ ਦੇ ਹੁਕਮ ਨਾਲ ਬੜਾ ਬਿਹਤਰੀਨ ਕਾਰੋਬਾਰ ਹੈ। 250 ਰੁਪਏ ਕਿਲੋ ਭਾਈ ਫਰਾਜ਼ ਸਾਹਿਬ ਦੁੱਧ ਵੇਚਣੇ ਆ, ਮਾਸ਼ਾਅੱਲਾ, ਠੀਕ ਹੈ ਜੀ, ਮੱਝਾਂ ਗਾਵਾਂ ਦਾ ਮਿਕਸ, ਅਤੇ ਮਾਸ਼ਾਅੱਲਾ ਦੁੱਧ ਮੇਰੇ ਕੋਲ ਨਹੀਂ ਜੇ ਪੂਰਾ ਹੋਇਆ ਭਾਵੇਂ, ਅਤੇ ਮੈਂ 2-2.5 ਮਣ ਵੀ ਦੁੱਧ ਕੀਤਾ ਨਾ, ਫਿਰ ਵੀ ਡਿਮਾਂਡ ਨਹੀਂ ਪੂਰੀ ਹੋਈ, ਦੁੱਧ ਖਾਲਸ ਦਿੰਦੇ ਹਾਂ ਅਤੇ 250 ਰੁਪਏ ਕਿਲੋ ਦਿੰਦੇ ਹਾਂ। ਅਤੇ ਮਾਸ਼ਾਅੱਲਾ ਬੜਾ ਪਿਆਰਾ ਕੰਮ ਹੈ, ਮੇਰੇ ਤਾਂ ਕੰਮ ਹੀ 3-4 ਨੇ, ਨਾਲ ਪ੍ਰਾਪਰਟੀ ਦਾ ਕੰਮ ਹੈ, ਨਾਲ ਤੁਹਾਨੂੰ ਪਤਾ ਲੈਦਰ ਦਾ ਕੰਮ ਹੈ, ਅਤੇ ਮੈਂ ਕਹਿੰਦਾ ਚਲੋ ਮੈਂ ਇੱਕ ਜਗ੍ਹਾ ਇਕੱਠਾ ਕਰ ਲਵਾਂ ਕੰਮ ਸਾਰਾ, ਅਤੇ ਚੱਲਦਾ ਅੱਡਾ ਮਾਸ਼ਾਅੱਲਾ, ਅਤੇ ਬੇਸ਼ੱਕ 20 ਡੰਗਰ ਵੀ ਹੋਣ ਤਾਂ ਦੁੱਧ ਨਹੀਂ ਬਚਦਾ, ਰੇਟ ਵੀ ਸਹੀ ਹੈ, ਅਤੇ ਫਿਰ ਇੱਥੋਂ ਆ ਕੇ ਡੇਰੇ ਤੋਂ ਆ ਕੇ ਲੋਕਾਂ ਲੈ ਜਾਂਦਾ, ਤੁਹਾਨੂੰ ਲੈ ਕੇ ਵੀ ਕਿਤੇ ਨਹੀਂ ਜਾਣਾ ਪੈਣਾ। ਬਾਹਰ ਪੈਲੀ ਵੀ ਆਉਂਦੇ ਹੋਵੇ ਜੀ? ਬਾਹਰ ਪੈਲੀ 5 ਕਿੱਲੇ ਪੈਲੀ ਹੈ, 6 ਕਿੱਲੇ ਠੇਕੇ ਦੇ, ਠੀਕ ਹੈ ਜੀ। ਮੇਰੀ ਆਪਣੀ ਪੈਲੀ ਉੱਧਰ ਹੀ ਹੈ ਖੰਭਰਾਲੇ, ਠੀਕ ਹੈ ਜੀ, ਇੱਥੇ ਮੇਰੀ ਪੈਲੀ ਠੇਕੇ ਦੇ ਆ, ਵਿੱਚ ਮਜ਼ੈਲ ਮੋਟਰ ਲੱਗੀ ਹੈ, ਬਿਹਤਰੀਨ ਰਾਹ ਦੇ ਉੱਤੇ ਪੈਲੀ ਹੈ, ਉਹ ਵੀ ਪੈਲੀ ਵਿੱਚ ਦੇ ਦਾਂਗੇ, ਅਤੇ ਨਾਲ ਜੇ ਕੋਈ ਮੰਗੇਗਾ ਤਾਂ ਮੁੰਡਾ ਵੀ ਨਾਲ ਹੀ ਵਿੱਚ ਦੇ ਦਾਂਗੇ, ਐਦੀ ਵੀ ਰਿਹਾਸ਼ ਇੱਥੇ ਹਵੇਲੀ ਦੇ ਵਿੱਚ ਹੀ ਹੈ, ਠੀਕ ਹੈ ਜੀ। ਮੁੰਡਾ ਫਰੀ ਦੇ ਦੇ ਨਾਲ, ਮੁੰਡਾ ਫਰੀ ਦਾਂਗੇ ਜੀ ਇਨਸ਼ਾਅੱਲਾ। ਤਨਖਾਹ ਲੈ ਕਰੇ ਦਾ ਜੀ? ਜੀ, ਬੜਾ ਮਿਹਨਤੀ ਹੈ ਜੀ ਬੱਚਾ, ਠੀਕ ਹੈ, ਕੰਮ ਕਰਨ ਵਾਲਾ ਮੁੰਡਾ ਮਾਸ਼ਾਅੱਲਾ, ਇਮਾਨਦਾਰ ਹੈ, ਇਹਦੇ ਸਿਰ ਤੇ ਸਾਰਾ, ਮੈਂ ਤੇ ਕਦੇ ਕੋਈ ਕੰਮ ਨਹੀਂ ਕੀਤਾ ਜੀ, ਇਮਰਾਨ ਨੇ ਸਾਰਾ ਹੀ ਕੰਮ ਕਰਨਾ। 7 ਮਰਲੇ 'ਚ ਹਵੇਲੀ ਹੈ ਮਾਸ਼ਾਅੱਲਾ ਜੀ, ਤੇ ਪਿੱਛੇ ਇਹ 16 ਮਰਲੇ ਜਗ੍ਹਾ ਹੋਰ ਵੀ ਪਈ ਹੈ, ਪਿੱਛੇ ਉਹਨੂੰ ਲਹਿਦਾ ਗਲੀ ਲੱਗਦੀ ਹੈ, ਠੀਕ ਹੈ, ਇਹਨੂੰ ਨਾਲ ਵੀ ਅਟੈਚ ਹੁੰਦੀ ਹੈ ਤੇ ਨਾਲ ਗਲਾ ਵੀ ਲਹਿਦਾ ਰਸਤਾ ਉਹਦਾ, ਸਾਰੇ ਰਸਤੇ ਖੁੱਲੇ ਨੇ, ਟਰਾਲੀ ਟਰੈਕਟਰ ਆ ਸਕਦਾ, ਰੇੜਾ ਆਉਂਦਾ ਆ, ਕਾਰਾਂ ਆਉਂਦੀਆਂ ਨੇ,
ਕੋਈ ਗੈਸ ਲੱਗੀ ਹੈ, ਗਲੀਆਂ ਪੱਕੀਆਂ ਨੇ ਸਾਡੇ ਤੋਂ, ਤਕਰੀਬਨ 2 ਮਿੰਟ ਲੱਗਦੇ ਨੇ ਪੈਦਲ ਬਾਜ਼ਾਰ ਜਾਣ ਵਾਸਤੇ। ਨਜ਼ਦੀਕ ਬਾਜ਼ਾਰ, ਸਕੂਲ, ਹਸਪਤਾਲ, ਹਰ ਕਿਸਮ ਦੀ ਸਹੂਲਤ ਹੈ, ਮਤਲਬ ਕਿ ਜਾਣਾ ਠੀਕ, ਬਾਜ਼ਾਰ ਨਜ਼ਦੀਕ, ਰੋਡ ਨਜ਼ਦੀਕ, ਵਜ਼ੀਰਾਬਾਦ ਜਾਣਾ, ਸੰਭੜਿਆਲ ਜਾਣਾ, ਕਿਸ ਲਾਹੌਰ ਜਾਣਾ, ਕਿਧਰੇ ਵੀ ਜਾਣਾ ਨਜ਼ਦੀਕ ਮੋਟਰਵੇ ਹੈ ਮਾਸ਼ਾਅੱਲਾ। ਹਰ ਕਿਸਮ ਦੀ ਇੱਥੇ ਸਾਡੇ ਸਹੂਲਤ ਹੈ, ਹਰ ਕਿਸਮ ਦੀ ਸਹੂਲਤ ਹੈ। ਕੋਈ ਭਰਾ ਦਿਲਚਸਪੀ ਰੱਖਦਾ ਹੋਵੇ ਆਏ ਵਿਜ਼ਿਟ ਕਰੇ, ਠੀਕ ਹੈ ਜੀ। ਸਾਡੇ ਇੱਥੇ ਜਿਹੜਾ ਰੇਟ ਹੈ ਸਾਡੀ ਗਲੀ ਦੇ ਵਿੱਚ 10 ਲੱਖ ਰੁਪਇਆ ਮਰਲਾ ਜਗ੍ਹਾ ਦਾ ਰੇਟ ਹੈ, ਉਹ ਫਿਰ ਇਹ ਵੀ ਨਾਲ ਜ਼ਿਹਨ 'ਚ ਰੱਖ ਲੈਣ ਅਤੇ ਆਪਣੀ ਗੁੰਜਾਇਸ਼ ਦੇ ਹਿਸਾਬ ਨਾਲ ਜੋ ਲੱਗਾ ਲਗਾਇਆ ਉਹਦੇ ਹਿਸਾਬ ਨਾਲ ਦੇ ਦਾਂਗੇ ਇਨਸ਼ਾਅੱਲਾ। ਤਾਵਨ ਕਰਾਂਗੇ ਅੱਲਾ ਦੇ ਹੁਕਮ ਨਾਲ ਜੀ। ਬਿਹਤਰ ਹੋ ਗਿਆ ਮਰਲਾ 272 ਫੁੱਟ ਵਾਲਾ ਜੀ, ਦੋ ਵੱਡੇ ਮਰਲੇ ਨੇ 272 ਫੁੱਟ। ਆਓ ਜੀ ਭਾਈ ਲੈ ਕੇ ਆਓ ਮਾਸ਼ਾਅੱਲਾ ਜੀ। ਵਾਰਡ ਨੰਬਰ 1 ਲਿਆਓ ਜੀ ਭਾਈ, ਯਾਰ ਵਜ਼ਾਹਤ ਕੀਤੀ ਹੈ, ਜਗ੍ਹਾ ਵੀ ਸੇਲ ਕਰਨੀ ਹੈ ਲਈ ਵੀ। ਵਾਰਡ ਨੰਬਰ 1 ਆ ਗਈ ਮਾਸ਼ਾਅੱਲਾ ਜੀ ਭਾਈ, ਇੱਧਰ ਲਿਆਓ ਜ਼ਰਾ, ਜਗ੍ਹਾ ਸ਼ਾਰਟ ਹੈ ਜ਼ਰਾ ਜੀ। ਭਾਈ ਤਾਰਕ ਸਾਹਿਬ ਕਿ ਨਵਾਂ ਸੁਹਾਸ ਹੋਈ ਹੈ ਜੀ ਸਰ? ਪਹਿਲਾ ਸੁਹਾਸ ਹੋਈ ਜੀ, ਪਹਿਲਾਂ ਵਾਰਡ ਮਾਸ਼ਾਅੱਲਾ ਜੀ ਹੈ ਵੀ ਕਾਦਾ ਵਰ ਲਬਾਸ ਵੀ ਦੋਸਤਾਂ ਵੇਖ ਲੈਣੇ ਕਿੰਨੇ ਦਾ ਆਉਂਦੇ ਭਾਈ ਤਾਰਕ ਸਾਹਿਬ ਹੈ। ਇਹ ਭਾਈ ਨੂੰ ਹੁਣ ਦੋਂਦੀ ਲੱਗੀ ਹੈ, ਠੀਕ ਹੈ ਦੋਂਦੀ ਲੱਗੀ ਹੈ ਮਾਸ਼ਾਅੱਲਾ ਜੀ। ਪ੍ਰਿੰਟ ਵੀ ਦੋਸਤਾਂ ਵੇਖ ਲੈਣੇ ਮੋੜੀ ਲੱਗੋ ਲਿਆ ਭਾਈ ਜ਼ਰਾ ਇੱਧਰ, ਜਗ੍ਹਾ ਸ਼ਾਰਟ ਹੈ ਨਾ, ਜਾਨਵਰ ਕੈਮਰੇ 'ਚ ਵੀ ਡਰਦੇ ਨੇ। ਦੋ ਦੰਦ ਪਹਿਲਣ ਮਾਸ਼ਾਅੱਲਾ ਜੀ, ਕਿੱਦਾਂ ਦੀ ਸੂਈ ਹੈ ਭਾਈ ਤਾਰਕ ਸਾਹਿਬ ਹੈ? ਭਾਈ ਨੇ ਇਹਨੂੰ ਸੂਈ ਨੂੰ ਹੋਇਆ ਜਾ ਮਹੀਨਾ, ਇਹ ਵੇਖਿਓ ਜ਼ਰਾ, ਇਹ ਚੱਕਰ ਹੋ ਮਾਸ਼ਾਅੱਲਾ ਇਹ ਦੇਖੋ ਠੀਕ ਹੈ ਜੀ। ਦੋ ਹੁਣ ਦੋਂਦੀ ਲੱਗੀ ਹੈ, ਵੱਛੀ ਹੈ ਜੀ ਅੱਲਾ ਜੀ। ਬਿਹਤਰ ਹੋ ਗਿਆ ਠੀਕ ਹੈ ਜੀ। ਇਹ ਮਹੀਨਾ ਕੁ ਹੋ ਗਿਆ ਭਾਈ ਇੱਥੇ, ਜ਼ਰਾ ਸਿੱਧੀ ਕਰਾਓ ਲੰਮੀ ਟੋਰ ਉਸ। ਕਿੰਨਾ ਕੁ ਦੁੱਧ ਹੈ ਭਾਈ ਤਾਰਕ ਸਾਹਿਬ ਦੇ ਕੋਲ? 12 ਡੱਬੇ ਦੁੱਧ ਹੈ ਜੀ ਇਹ ਥੱਲੇ ਸਾਰਾ, ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ ਜਿਹੜਾ ਮੌਜੂਦਾ ਦੁੱਧ ਹੈ 12 ਕਿਲੋ ਵੇ ਸੂਆ ਪਹਿਲਾ ਵੇ ਦੋਂਦੀ ਹੈ ਮਾਸ਼ਾਅੱਲਾ ਜੀ। ਨਸਲ ਕੀ ਜੀ ਭਾਈ ਤਾਰਕ ਸਾਹਿਬ ਦੀ? ਫਰੀਜ਼ੀਅਨ ਤੇ ਚੋਲਸਤਾਨੀ ਨਸਲ ਹੈ ਜੀ। ਫਰੀਜ਼ੀਅਨ ਤੇ ਚੋਲਸਤਾਨੀ ਨਸਲ ਮਾਸ਼ਾਅੱਲਾ ਜੀ, ਗਰਮੀ ਵੀ ਨਹੀਂ ਕਰੇ ਜੀ, ਸੇਮ ਪ੍ਰਿੰਟ ਵਿੱਚ ਰਵੇਲ ਵੀ ਦੋਸਤਾਂ ਵੇਖ ਲੈਣੀ, ਚੋਣ ਬੜੀ ਹੈ ਵੈੜੀ ਦੀ, ਮੱਝਾਂ ਨਾਲੋਂ ਸੋਹਣੀ ਚੁਆਈ ਹੈ ਜੀ ਮਾਸ਼ਾਅੱਲਾ ਜੀ, ਤੇ ਧਾਰ ਟੁੱਟੇਗੀ ਨਹੀਂ ਅੱਲਾ ਦੇ ਹੁਕਮ ਨਾਲ, ਐਵੇਂ ਹੀ ਹੋਏਗਾ। ਪਿੱਛੇ ਦੇ ਬੱਚੀ ਦੇ ਬੱਚੀ, ਇਹ ਪਿੱਛੇ ਦੇ ਬੱਚੀ ਮਾਸ਼ਾਅੱਲਾ ਜੀ, ਬੱਚੀ ਵੀ ਨਸਲੀ ਸੈਕਸ ਚਿਮਨ ਦੀ ਬੱਚੀ ਹੈ। ਹਾਂਜੀ ਬੱਚੀ ਦੇ ਕੰਨ ਵੀ ਦੋਸਤਾਂ ਵੇਖ ਲੈਣੇ ਮਾਸ਼ਾਅੱਲਾ, ਬੱਚੀ ਦੇ ਕੰਨ ਐ ਮੋਟ ਮੋਟ ਪੂਰੇ ਤੇ ਸੋਹਣੀ ਹੈ ਬੱਚੀ ਪਾਲ ਜੇ ਦੇ ਅੱਲਾ ਦੇ ਹੁਕਮ ਨਾਲ ਜਾਨ। ਠੀਕ ਹੈ ਬੜੀ ਵੱਡੀ ਭਾਈ, ਤੁਸੀਂ ਅੱਗੋਂ ਗਾਂ ਨੰਬਰ 2 ਲਿਆਓ ਜੀ। ਭਾਈ ਤਾਰਕ ਸਾਹਿਬ ਕੀ ਰੇਟ ਹੈ ਜੀ ਵੈੜ ਨੰਬਰ 1 ਦਾ? ਵੈੜੀ ਦੇ ਭਾਈ ਮੈਂ 3,30,000 ਰੁਪਏ ਦੇ ਦਾਂਗਾ, 25 ਦੀ ਕਰ ਲਵੋ, 3.25 ਲੱਖ, 3.25 ਲੱਖ ਤੇ 25,000 ਜੀ। ਬਿਹਤਰ ਹੋ ਗਿਆ, ਅੱਗੇ ਭਾਈ ਲਿਆਓ ਜੀ ਨੰਬਰ 2 ਵਾਲੀ। ਅੱਗੇ ਆ ਗਈ ਮਾਸ਼ਾਅੱਲਾ ਜੀ ਗਾਂ ਨੰਬਰ 2 ਆ ਗਈ, ਲਬਾਸ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ, ਵੱਡੀ ਜਸਾਮਤ ਲਬਾਸ ਵੀ ਚੰਗਾ ਕੀਤਾ। ਕਿੰਨਵਾਂ ਸੁਆ ਭਾਈ ਤਾਰਕ ਸਾਹਿਬ ਦਾ? ਇਹਦਾ 4th ਸੁਗਾ ਜੀ, ਸੁਆ 4th। ਹਾਂਜੀ ਜ਼ਿੰਦਾਬਾਦ, ਰਵੇਲ ਕਾਫੀ ਹੈ, ਵੱਡੀ ਜਸਾਮਤ ਹੈ, ਸੁਬਾਹ 4th ਮਾਸ਼ਾਅੱਲਾ ਜੀ। ਚਿਹਰਾ ਵੀ ਦੋਸਤਾਂ ਭਾਈ ਚੈੱਕ ਕਰਾਓ ਜੀ, ਦੁੱਧ ਕਿੰਨਾ ਕੁ ਭਾਈ ਤਾਰਕ ਸਾਹਿਬ ਦੇ ਕੋਲ? ਭਾਈ ਜੀ ਦੁੱਧ ਦੇ ਥੱਲੇ 16 ਕਿਲੋ ਜੇ, ਪਿਛਲੇ ਸੂਏ ਜਾਂ ਉਸ ਤੋਂ ਪਿਛਲੇ ਸੋਇਆਂ ਦੇ ਵਿੱਚ ਮੈਂ ਇਹਦਾ 25-26 ਕਿਲੋ ਦੁੱਧ ਚੋਇਆ। ਅੱਛਾ ਹਾਂਜੀ, ਇਸ ਵਾਰੀ ਜਿਹੜਾ ਸਾਡਾ ਥੋੜ੍ਹਾ ਪੱਠਿਆਂ ਦਾ ਮਾਮਲਾ ਹੋ ਗਿਆ ਕਿ ਅਸੀਂ ਨਾ ਪੱਠੇ ਨੈਪਰੇ ਦੇ ਵਿੱਚ ਜਾਂ ਨਾ ਸੋਚ ਬੈਠੇ ਸਟਾਲਾ ਜੀ ਜੀ, ਪੱਠੇ ਨਹੀਂ ਸਾਡੇ ਫੱਬੇ। ਨਸਲ ਕੀ ਜੀ ਭਾਈ ਤਾਰਕ ਸਾਹਿਬ ਦੀ? ਇਹਦੀ ਨਸਲ ਕੋਈ ਚੋਲਸਤਾਨੀ, ਕੋਈ ਕ੍ਰਾਸ ਦੇ ਵਿੱਚ ਹੀ ਹੈ, ਕੋਈ ਜਰਸੀ ਦਾ ਵੀ ਹੈ ਵਿੱਚ, ਕੋਈ 2-3 ਨਸਲਾਂ 'ਚ। ਲੇਕਿਨ ਦੁੱਧ ਇਹਦਾ ਵੀ ਤੇ ਵੈੜੀ ਦਾ ਵੀ ਚਿੱਟਾ ਹੋਏਗਾ ਮੱਝਾਂ, ਠੀਕ ਹੈ, ਤੇ ਫੈਟ ਵਾਲਾ ਦੁੱਧ ਹੋਏਗਾ ਮਾਸ਼ਾਅੱਲਾ ਜੀ। ਗਰਮੀ ਵੀ ਨਹੀਂ ਕਰਨ ਤੇ ਜਿਹੜਾ ਦੁੱਧ ਉਹ ਵੀ ਫੈਟ ਵਾਲਾ ਹੋਏਗਾ, 16-14 ਤੇ 16 ਕਿਲੋ ਮਾਸ਼ਾਅੱਲਾ ਜੀ, ਸੇਲ ਹੋਣਗੀਆਂ ਮਾਸ਼ਾਅੱਲਾ। ਤੇ ਚੋਣ ਤੋਂ ਬਾਅਦ ਵਾਹਨਾ ਨਹੀਂ ਦੋਵਾਂ ਦਾ ਨਜ਼ਰ ਆਏਗਾ, ਬਿਲਕੁਲ ਵਾਹਨਾ ਨੁੱਚੜ ਜਾਂਦਾ ਮਾਸ਼ਾਅੱਲਾ। ਹਾਂਜੀ ਨਸਲੀ ਨੇ, ਠੀਕ ਹੈ ਜੀ, ਠੀਕ ਹੈ। ਜਾ ਕੀ ਪਿੱਛੇ ਬੱਚਾ? ਪਿੱਛੇ ਬੱਚਾ, ਇਹ ਪਿੱਛੇ ਦੇ ਬੱਚਾ ਮਾਸ਼ਾਅੱਲਾ ਜੀ, ਬੱਚਾ ਵੀ ਨਸਲੀ, ਜਾ ਵੀ ਬੱਚੇ ਇਹਦੇ ਐਵੇਂ ਦੇ ਹੁੰਦੇ ਨੇ ਜੀ ਸਾਰੇ ਮਾਸ਼ਾਅੱਲਾ। ਦੂਸਰੀਆਂ ਮੈਂ ਤੁਹਾਨੂੰ ਬੱਚੀਆਂ ਦੀਆਂ ਪਾਈਆਂ ਨੇ, ਬੱਚੇ ਐਵੇਂ ਦੇ ਹੀ ਹੁੰਦੇ ਨੇ ਸੋਹਣੇ, ਠੀਕ ਹੈ। ਕੀ ਰੇਟ ਹੈ ਜੀ ਭਾਈ ਤਾਰਕ ਸਾਹਿਬ ਦਾ? ਬੱਚੀ ਖੋਲੋ, 3.5 ਲੱਖ ਰੁਪਏ ਜੀ।
3,50,000 1,00,000 ਬਿਲਕੁਲ ਜੀ, ਉਹ ਤੇ ਅੱਲਾ ਜ਼ਾਤ ਜੋ ਚਾਹੇ ਉਹੀ ਹੋਣਾ। ਬੜਾ ਚੰਗਾ ਟੀਕਾ, 4,000 ਵਾਲੇ ਮੈਂ ਟੀਕੇ ਰਵਾਉਣੇ ਹੁੰਦੇ, ਅੱਛੇ ਟੀਕੇ ਹਨ। ਮਾਸ਼ਾਅੱਲਾ ਜੀ, ਬਿਹਤਰ ਹੋ ਗਿਆ ਜੀ। ਅੱਗੇ ਭਾਈ ਲਿਆਓ ਜੀ ਝੋਟੀ ਨੰਬਰ 1। ਜੀ ਝੋਟੀ ਨੰਬਰ 1 ਆ ਗਈ ਹੈ, ਵੀ ਪਹਿਲਾਂ ਨੇ ਸਿੰਗੀਆਂ ਦੋਸਤਾਂ ਵੇਖੀਆਂ ਨੇ ਬਾਈ, ਇਹਦਾ ਚਿਹਰਾ ਸਾਹਮਣੇ ਕਰਿਓ ਜੀ। ਬਾਈ ਤਾਰਕ ਸਾਹਿਬ ਕਿੰਨੇ ਦੰਦ ਜੀ ਆ? ਇਹ ਚੋਗੀ ਹੈ ਜੀ ਝੋਟੀ, ਆ ਵੇਖ ਲਓ ਕੱਟੀ ਹੈ ਜੇ। ਬਿਲਕੁਲ ਜੀ, ਪਹਿਲਾਂ ਝੋਟੀ ਹੈ ਜੀ, ਪਹਿਲਾਂ ਝੋਟੀ ਹੈ। ਤੇ ਵੇਖ ਲਓ ਤੁਸੀਂ ਸਿੰਘ ਵੇਖੋ, ਝੋਟੀ ਦਾ ਹੁਸਨ ਦੇਖੋ। ਮਾਸ਼ਾਅੱਲਾ ਮਾਸ਼ਾਅੱਲਾ ਜੀ, ਇਮਰਾਨ ਪਰਾਂ ਲੈ ਕੇ ਬਾਈ ਇਮਰਾਨ ਚੱਕਰ ਲਵਾਇਆ। ਕਿੱਦਾਂ ਦੀ ਸੂਈ ਹੈ ਬਾਈ ਤਾਰਕ ਸਾਹਿਬ? ਇਹਨੂੰ ਵੀ ਮਹੀਨਾ ਆਇਆ ਜੀ ਸੂਈ ਨੂੰ, ਮਹੀਨਾ ਕੋ ਗਿਆ। ਪਹਿਲਾਂ ਝੋਟੀ ਹੈ ਮਾਸ਼ਾਅੱਲਾ ਜੀ, 4 ਦੰਦ ਸੂਆ ਪਹਿਲਾ ਵੇ। ਦੁੱਧ ਕਿੰਨਾ ਕਿਹਦੇ ਕੋਲ? 10 ਡੱਬੇ ਦੁੱਧ ਹੈ ਜੀ। ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ ਜਾਂ ਚੁਆਈ ਚੁਆਈ ਦਾ? ਜੀ ਬੱਚੇ ਸਮੇਤ, ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ ਜਿਹੜਾ ਦੁੱਧ 10 ਕਿਲੋ ਵੇ। ਪਹਿਲਨ ਹੋ ਗਏ ਮਾਸ਼ਾਅੱਲਾ ਜੀ, ਥਣ ਵੀ ਸੋਹਣੇ ਲੱਗੇ ਨੇ। ਭਾਈ ਇਮਰਾਨ ਸਾਹਿਬ ਲਿਆਓ ਜ਼ਰਾ ਉਧਰ ਜਾ ਕੇ, ਜਾ ਕੀ ਭਾਈ ਤਾਰਕ ਸਾਹਿਬ ਪਿੱਛੇ ਕੱਟੀ ਹੈ ਜੀ, ਇਹਦੇ ਪਿੱਛੇ ਕਰਮਾਂ ਦੀਆਂ ਦੋਈ ਨੇ ਪਿੱਛੇ ਤੇ ਕੱਟੀ ਹੈ ਜੀ। ਲਿਆਓ ਭਾਈ ਲੰਮੀ ਟੋਰ ਕੇ ਲਿਆਓ, ਜਗ੍ਹਾ ਜ਼ਰਾ ਸ਼ਾਰਟ ਹੈ। ਇਹ ਮਾਸ਼ਾਅੱਲਾ ਜੀ ਥਣ ਵੀ ਦੋਸਤਾਂ ਵੇਖ ਲੈਣੇ ਨੇ। ਪਹਿਲਨ ਝੋਟੀ ਹੈ, 4 ਦਿਨ ਦੇ ਮਾਸ਼ਾਅੱਲਾ ਜੀ ਪਿੱਛੇ ਦੇ ਕੱਟੀ ਹੈ। ਪਹਿਲਨ ਹੋ ਕੇ ਥਣ ਵੀ ਸੋਹਣੇ ਪਾਵਰਫੁਲ ਲੱਗੇ ਨੇ। ਦੁੱਧ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ 10 ਕਿਲੋ। ਇਹ ਜੀ ਕੱਟੀ ਹੈ ਜੀ, ਕੱਟੀ ਹੋਈ ਚੱਕਰ ਨੇ ਬੰਨੋ ਭਾਈ ਤੁਸੀਂ ਇਹਨੂੰ ਛੋਟੀ ਨੂੰ ਅੱਗੂ ਲਿਆਓ ਨੰਬਰ 2 ਵਾਲੀ। ਇਹ ਪਿੱਛੇ ਦੇ ਕੱਟੀ ਹੈ ਮਾਸ਼ਾਅੱਲਾ ਜੀ, ਜਾ ਵੀ ਦੋਸਤਾਂ ਵੇਖਣਾ ਧੁੰਨੀਆਂ ਵੇ ਨਾ ਹੁੰਦੇ ਬਰਾਬਰ ਹੀ ਜੀ। ਕੀ ਰੇਟ ਹੈ ਜੀ ਭਾਈ ਤਾਰਕ ਸਾਹਿਬ ਛੋਟੀ ਨੰਬਰ 1 ਦਾ? 3,60,000 ਰੁਪਏ ਜੀ। 3,60,000 ਛੋਟੀ ਮੇਰੀ 4,00,000 ਵਾਲੀ ਹੈ ਭਾਈ ਫਰਾਜ਼ ਸਾਹਿਬ। ਠੀਕ ਹੈ ਠੀਕ ਹੈ ਜੀ, ਛੋਟੀ ਸੇਲ ਸਾਊ ਹੋਵੇਗੀ ਮਾਸ਼ਾਅੱਲਾ ਤੇ ਸੋਹਣੀ ਹੋਵੇਗੀ ਅੱਲਾ ਦੇ ਹੁਕਮ ਨਾਲ। ਠੀਕ ਹੈ ਨਾ, ਇਹਦੇ ਨਾਲ ਦੀਆਂ 4,00,000 ਦੀਆਂ ਵਿਕਦੀਆਂ ਨੇ ਬਈਆਂ ਜੀ। ਬਿਹਤਰ ਹੋ ਗਿਆ, ਕੀਮਤ 3,60,000। ਠੀਕ, ਮਜ਼ੀਦ ਗੁੰਜਾਇਸ਼ ਵੀ ਕਰਾਂਗੇ। ਬਿਲਕੁਲ ਜੀ, ਜਿਹੜਾ ਦੋਸਤ ਰਾਬਤਾ ਕਰੇ ਤਾਂ ਕੁਛ ਨਾ ਕੁਛ ਪਿਆਰ ਮੁਹੱਬਤ, ਯਾਨੀ ਕਿ ਜਿਹੜੇ ਰੇਟ ਦੱਸੇ ਨੇ ਆਹੀ ਫਾਈਨਲ ਨੇ। ਠੀਕ ਹੈ ਜੀ, ਇਨਸ਼ਾਅੱਲਾ ਗੁੰਜਾਇਸ਼ ਵੀ ਹੋਵੇਗੀ ਨਾਲ। ਜੀ ਬਿਹਤਰ ਹੋ ਗਿਆ, ਅੱਗੇ ਬਾਈ ਲਿਆਓ ਜੀ ਨੰਬਰ 2 ਵਾਲੀ। ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 2 ਤੇ ਆ ਗਈ ਝੋਟੀਆਂ। ਤਿੰਨੇ ਪਹਿਲਨ ਨੇ ਆ ਗੱਭਣ ਜੀ, ਤਿੰਨੇ ਪਹਿਲਨ, ਕਾਲੀਆਂ ਅੱਖਾਂ, ਦੋ ਅੱਖਾਂ ਦੇ ਰੰਗ ਸੇਮ ਮਾਸ਼ਾਅੱਲਾ ਜੀ। ਦੇਖੋ ਨਾ ਜੀ, ਆ ਚੱਕਰ ਹੋ ਚਿਹਰੇ ਦੀ ਖੂਬਸੂਰਤੀ, ਨਕੋੜਾ ਚੱਕ ਕਰਨਾ ਜੀ। ਸਿੰਘ ਵੇਖੋ ਝੋਟੀ ਦਾ, ਝੋਟੀ ਦਾ ਹੁਸਨ ਵੇਖੋ ਮਾਸ਼ਾਅੱਲਾ। ਮਾਸ਼ਾਅੱਲਾ ਜੀ, ਕਿੰਨੇ ਦੰਦ ਭਾਈ ਤਾਰਕ ਸਾਹਿਬ? ਇਹ ਵੀ ਚੌਗੀ ਹੈ, 4 ਦੰਦ ਦੇ ਗੱਭਣ ਹੈ ਜੀ। ਗੱਭਣ ਨੇ ਗੱਭਣ ਆਂ ਦੇ ਅੱਗੇ ਆਂ ਦੇ ਮੋੜ, 8 ਮਹੀਨੇ ਦੇ ਗੱਭਣ ਹੈ ਜੀ। 8 ਮਹੀਨੇ ਦੀ ਕਨਫਰਮ ਗੱਭਣ ਹੈ, 8 ਮਹੀਨੇ ਮੁਕੰਮਲ ਹੋ ਗਏ ਨੇ। ਮੁਕੰਮਲ 8 ਮਹੀਨੇ ਹੋ ਗਏ ਨੇ ਮਾਸ਼ਾਅੱਲਾ ਜੀ। ਇਹ ਵੀ ਜੱਤਲੇ ਜਸਮ ਦੋਸਤਾਂ ਵੇਖ ਲੈਣੀ ਹੈ, ਸੂਆ ਪਹਿਲਾ ਸੋਣਾ ਹੈ। 4 ਦੰਦ ਦੇ ਮਾਸ਼ਾਅੱਲਾ ਜੀ, 8 ਮਹੀਨੇ ਦੀ ਕਨਫਰਮ ਗੱਭਣ।
2 ਮਹੀਨੇ ਦੀ ਮਿਹਨਤ ਰਹਿ ਗਈ ਤੇ ਅੱਗੋਂ ਜਿਹੜਾ ਮੌਸਮ ਆ ਰਿਹਾ ਉਦੋਂ ਤੇ ਦੁੱਧ ਦੀ ਮੰਗ ਹੀ ਬੜੀ ਹੋਈ ਜਾਂਦੀ। ਮੈਂ ਕਹਿੰਦਾ 5-5 ਲੱਖ ਦੀਆਂ ਝੋਟੀਆਂ ਪਾ ਦੇ ਭਾਈ ਭਰਾ ਦੇ, ਗੋਲ ਵੀ ਦੋਸਤਾਂ ਵੇਖਣੇ ਨੇ, ਗੋਲ ਵੇਖੋ ਝੋਟੀ ਦੇ ਲਾ ਰਿਹਾ ਭਾਈ ਇੱਥੇ। ਅੱਜ ਜਿਹੜਾ ਰੇਟ ਹੋਣਾ ਦੋਸਤਾਂ ਵੀ ਚੈੱਕ ਕਰਨਾ ਜੀ। ਠੀਕ ਹੈ ਭਾਈ, ਲੈ ਚਲੋ ਜੀ, ਪੁੱਠਾ ਵੀ ਦੋਸਤਾਂ ਵੇਖ ਲੈਣਾ ਜੀ। ਭਾਈ ਤਾਰਕ ਸਾਹਿਬ ਕੀ ਰੇਟ ਹੈ ਜੀ ਝੋਟੀ ਨੰਬਰ 2 ਦਾ? ਝੋਟੀ ਸੋਹਣੀ ਹੈ, ਰੇਟ ਵੀ ਇਹਦਾ ਸੋਹਣਾ ਲਾਉਣਾ ਹੈ, ਕੱਚੀ। ਅੱਛਾ, ਤੇ ਰੇਟ ਵੀ ਕੱਚਾ ਲਾਉਣਾ ਹੈ। ਠੀਕ ਹੈ ਜੀ, ਤੇ ਇਹ ਵੀ ਮੇਰੇ ਘਰ ਦੀ ਝੋਟੀ। ਅੱਛਾ ਹਾਂਜੀ ਸਰ, ਮੈਂ ਬੇਲੇ ਭੇਜੀਆਂ, ਬੇਲੇ ਦੀ ਮਾਰ ਪਈ ਹੈ ਇਹਨਾਂ ਨੂੰ ਜੀ ਜੀ, ਬੇਲੇ ਭੇਜੀਆਂ, ਇਨਸ਼ਾਅੱਲਾ 2 ਮਹੀਨੇ ਦੇ ਵਿੱਚ ਕਿਤੇ ਦੀ ਕਿਤੇ ਪਹੁੰਚ ਜਾਣੀਆਂ। ਇਹਦਾ 3,20,000 ਰੁਪਏ ਜੀ ਝੋਟੀ। 3,20,000 ਧੁੰਨੀ ਕੋਲ, ਇਹਦੀ ਵੀ ਨਾ ਹੁੰਦੇ ਬਰਾਬਰ, ਕੋਲ ਵੀ ਦੋਸਤਾਂ ਵੇਖਣੀ। ਆਹ ਚੈੱਕ ਕਰੋ ਮਾਸ਼ਾਅੱਲਾ ਜੀ, ਧੁੰਨੀ ਵੀ ਦੋਸਤਾਂ ਵੇਖ ਲੈਣੀ। ਠੀਕ ਹੈ, ਨਸਲੀ ਮਾਂ ਦੀ ਧੀ ਹੈ ਬਿਲਕੁਲ ਜੀ। ਅੱਗੇ ਆ ਗਈ ਮਾਸ਼ਾਅੱਲਾ ਜੀ, ਨੰਬਰ 3 ਤੇ ਆ ਗਈ। ਇਹ ਵੀ ਗੱਬਣ ਹੈ ਜੀ? ਜੀ, ਇਹ ਵੀ ਗੱਬਣ। ਕਿੰਨੇ ਦੰਦ ਭਾਈ ਤਾਰਕ ਸਾਹਿਬ? ਇਹ ਵੀ 4 ਦੰਦ ਹੈ, ਚੋਗੀ ਹੈ ਮਾਸ਼ਾਅੱਲਾ ਜੀ। ਕਿੰਨੇ ਮਾਂ ਦੀ ਗੱਬਣ? ਇਹ ਵੀ 8 ਮਹੀਨੇ ਪੂਰੇ, 8 ਮਹੀਨੇ ਮੁਕੰਮਲ ਹੋ ਗਏ ਨੇ। ਹਾਂਜੀ, ਇਹਦੇ ਵੀ ਪੂਰੇ ਹੋ ਗਏ ਨੇ 8। ਆਹ 4-5 ਦਿਨ ਤੋਂ ਉੱਤੇ ਥੱਲੇ ਹੋ ਸਕਦੇ ਨੇ, 5 ਦਿਨ ਦਾ ਫਰਕ ਹੈ ਜੀ ਦੋਵਾਂ ਝੋਟੀਆਂ ਦਾ ਆਪਸ ਵਿੱਚ। ਠੀਕ ਹੈ ਜੀ, ਠੀਕ ਹੈ ਜੀ, 8 ਮਹੀਨੇ ਜੀ ਕਨਫਰਮ ਗੱਬਣ ਨੇ। ਸੁਆ ਪਹਿਲਾ ਸੋਣਾ ਮਾਸ਼ਾਅੱਲਾ ਜੀ, ਇਹ ਵੀ ਸਿਹਤਮੰਦ ਦੇ ਪੁੱਠੇ ਦੋਸਤਾਂ ਵੇਖ ਲੈਣਾ। ਪਹਿਲਾਂ ਸਿੱਧੀ ਕਰਾਂ ਜ਼ਰਾ, ਇਹ ਮਾਸ਼ਾਅੱਲਾ ਜੀ ਤੁਹਾਨੂੰ ਵੀ ਦੋਸਤਾਂ ਵੇਖਣੇ ਨੇ। ਵੇਖੋ ਜਨਾਬ ਮਾਸ਼ਾਅੱਲਾ ਜੀ, ਇਹਨਾਂ ਮਾਸ਼ਾਅੱਲਾ ਜੀ, ਇਹ ਵੇਖੋ ਥਾਣਾ ਦੀ ਵੰਡ ਹੋਣੀ ਪਈ, ਵੰਡ ਹੋਣਾ ਦੇਖ ਲਓ ਤੁਸੀਂ ਕਿੰਨੀ ਵੀ ਇੱਥੇ। ਬਿਲਕੁਲ, ਇਹ ਅੱਲਾ ਦੇ ਹੁਕਮ ਨਾਲ 10 ਲੱਖ ਦਾ ਜੋੜਾ ਬਣਨਾ ਭਾਈ ਫਰਾਜ, ਜਿਸ ਦਿਨ ਸੂਈਆਂ ਝੋਟੀਆਂ ਜੀ। ਬਿਹਤਰ ਹੋ ਗਿਆ ਚੌਗੀ ਭਾਈ ਤਾਰਾ ਕਾ ਵੀ ਜੀ, ਚੌਗੀ ਹੈ ਵੀ। ਠੀਕ ਹੈ ਮਾਸ਼ਾਅੱਲਾ ਜੀ, ਨੰਬਰ 3 ਤੇ ਚੈੱਕ ਕਰਾਈਏ, 4 ਦੰਦੇ ਪਹਿਲਾਂ ਨੇ ਮਾਸ਼ਾਅੱਲਾ ਜੀ, 8 ਮਹੀਨੇ ਦੀ ਕਨਫਰਮ ਗੱਬਣ ਨੇ ਜੀ। ਭਾਈ ਤਾਰਕ ਸਾਹਿਬ ਕੀ ਰੇਟ ਹੈ ਜੀ ਝੋਟੀ ਨੰਬਰ 3 ਦਾ? ਝੋਟੀ ਮੈਂ ਕਹਿੰਦਾ ਦੋਵਾਂ ਦਾ ਰੇਟ ਲਾਈਏ ਇਕੱਠਾ ਹੀ। ਅੱਛਾ, 3,20 ਇਹਦਾ ਲਾਇਆ ਜੀ ਨਾ, ਉਹਦਾ ਵੀ ਰੇਟ ਲਾਤਾ ਵੀ ਲਾਓ ਨਾ ਫਿਰ, ਤਾਂ ਵੀ 3,20 ਹੈ। ਅੱਛਾ ਠੀਕ ਹੈ ਜੀ, 6,40 ਹੋ ਗਿਆ, 6,40 ਹੋ ਗਿਆ, 6,20 ਦੇ ਵਿੱਚ ਦੋਵੇਂ ਦੇ ਛੜਾਂਗੇ ਜੀ। ਠੀਕ ਹੈ, ਨੰਬਰ 2 ਤੇ ਨੰਬਰ 3 ਵਾਲੀ, ਅਗਰ ਕੋਈ ਦੋਸਤ ਇਕੱਠੀਆਂ ਲਏ ਤੇ 6,20,000 20,000 ਚ, ਅਗਰ ਕਿਤੇ ਨਜ਼ਦੀਕ ਨਜ਼ਦੀਕ ਹੋਵੇ ਕੋਈ ਮਤਲਬ ਕਿ ਜਾਣਾ ਤੇ ਉਹ ਕਿਰਾਇਆ ਵੀ ਮੇਰੇ ਵੱਲੋਂ ਫ੍ਰੀ ਹੋ ਜਾਏਗਾ। ਠੀਕ ਹੈ, ਠੀਕ ਹੈ ਜੀ, ਮਤਲਬ ਕਿ ਜਿੱਥੇ ਕੋਈ 10,000 ਰੁਪਏ ਦਾ ਕਿਰਾਇਆ ਦਾ ਆਇਆ, ਕਿਰਾਇਆ ਵੀ ਛੱਡ ਦਾਂਗਾ ਭਾਈ ਜੀ। ਜੀ ਜ਼ਬਰਦਸਤ ਹੋ ਗਿਆ, ਲਾਹੌਰ ਦਾ 10,000 ਕਿਰਾਇਆ। ਠੀਕ ਹੈ, ਠੀਕ ਹੈ ਜੀ, ਤੇ ਸ਼ੇਪੁਰਾ ਲਾਹੌਰ 10,000 ਚ ਗੱਡੀ ਜਾਂਦੀ ਹੈ। ਮਾਸ਼ਾਅੱਲਾ, ਠੀਕ ਹੈ ਜੀ, ਆਪਣਾ ਸ਼ਕਰਗੜ੍ਹ ਨਾਰੋਵਾਲ ਜਿੱਧਰ ਵੀ ਹੈਡ ਬਰਾਲੇ। ਠੀਕ ਹੈ ਜੀ, ਅੱਲਾ ਦੇ ਹੁਕਮ ਨਾਲ 10,00,000 ਰੁਪਏ ਦਾ ਚੋੜਾ ਬਣਦਾ। ਮੇਰੇ ਘਰ ਦੀਆਂ ਕੱਟੀਆਂ ਨੇ ਸੋਹਣੀਆਂ ਨੇ ਮਾਸ਼ਾਅੱਲਾ ਜੀ, ਤਿੰਨੇ ਹੀ ਸੋਹਣੀਆਂ ਨੇ, ਤਿੰਨਾਂ ਦੀ ਉਮਰ ਵੀ ਇੱਕੀ ਹੈ। ਉਹ ਜਿਹੜਾ ਪਹਿਲਾਂ ਬਣ ਗਈ ਉਹ ਸੁੱਕੀ ਹੈ 2 ਮਹੀਨੇ ਪਹਿਲਾਂ, ਤੇ ਇਹ ਜਿਹੜਾ ਲੇਟ ਹੋ ਗਈਆਂ ਮੇਰੀਆਂ ਕੱਟੀਆਂ, ਬੇਲਿਓ ਆਈਆਂ ਨੇ ਝੋਟੀਆਂ, ਕੱਟੀਆਂ ਮੈਂ ਬੇਲੇ ਆਪਣੀਆਂ ਭੇਜ ਛੱਡਣਾ। ਠੀਕ ਹੈ, ਤੇ ਇਨਸ਼ਾਅੱਲਾ ਜਿਹੜੀ ਗੱਲ ਤੁਹਾਨੂੰ ਮੈਂ ਦੱਸੀ ਹੈ ਹਵੇਲੀ ਵਾਲੀ, ਫਿਰ ਦੁੱਧ ਦੇ ਕੰਮ 'ਚ ਨਾ ਭਾਈ ਫਰਾਜ਼ ਸਾਹਿਬ ਸਭ ਤੋਂ ਵੱਡਾ ਨੁਕਸਾਨ ਹੈ ਵੇ ਕਿ ਤੁਸੀਂ ਮੱਝ ਲੈਂਦੇ ਹੋ 5 ਲੱਖ ਦੀ। ਠੀਕ ਹੈ ਜੀ, ਜਦੋਂ ਖਾਂਗੜੀ ਹੋਣੀ ਹੈ ਉਹ ਤੁਹਾਡੀ ਜਾਂ ਕਸਾਈ ਨੇ ਕਰਨੀ ਹੈ 1.5-2 ਦੀ ਜੀ ਜੀ, ਹੁਣ ਜੋ ਮੌਜੂਦਾ ਰੇਟ ਚੱਲਦੇ ਨੇ ਪਏ, ਅਤੇ ਜੇ ਅਗਰ ਕਿਸੇ ਨੇ ਵੰਨ ਲਵਾਉਣ ਵਾਸਤੇ ਕਰਨੀ ਹੈ ਝੋਟੀ, ਤਾਂ ਉਹ ਤੁਹਾਡੀ 2 ਦੀ ਲੈ ਜਾਏਗਾ, ਕੋਈ ਬੜੀ ਛਾਲ ਮਾਰੇਗਾ। ਤੇ ਮੇਰੇ ਕੋਲ ਉਸ ਮਸਲੇ ਦਾ ਵੀ ਹੱਲ ਹੈ ਆ, ਮੈਂ ਝੋਟੀ ਆਪਣੀ 50,000 ਰੁਪਏ ਦੇ ਵਿੱਚ ਜਾਣਾ ਸੁਆ ਕੇ ਵਾਪਸ ਲੈਣਾ, ਜਿਵੇਂ ਕੱਟੀਆਂ ਭੇਜੀਆਂ ਨੇ ਮੇਰਾ 50,000 ਵੀ ਖਰਚਾ ਨਹੀਂ ਆਇਆ। ਮਾਸ਼ਾਅੱਲਾ, ਠੀਕ ਹੈ ਜੀ, ਚੜਾਈ 'ਤੇ ਭੇਜ ਛੱਡਣਾ। ਇਹ ਵੀ ਜਿਹੜਾ ਭਰਾ ਇੱਥੇ ਆਵੇਗਾ ਆਪਣਾ ਕੋਈ ਕਾਰੋਬਾਰ ਕਰੇਗਾ, ਉਹਨੂੰ ਨਾਲ ਇਹ ਵੀ ਦੇ ਦਾਂਗੇ ਕੰਮ ਕਿ ਜਨਾਬ ਜਿਹੜੀ ਕੋਈ ਖਾਂਗੜੀ ਹੋਈ ਉਹਨੂੰ ਭੇਜ ਛੱਡਿਆ ਚੜਾਈ 'ਤੇ, 50,000 ਰੁਪਏ ਦੇ ਵਿੱਚ ਜਾਣਾ ਡੰਗਰ ਫਿਰ ਵਾਪਸ ਆ ਜਾਂਦਾ। ਮਾਸ਼ਾਅੱਲਾ, ਨਹੀਂ ਤਾਂ ਇੰਝ ਦੁੱਧ ਵਾਲਾ ਡੰਗਰ 5 ਲੱਖ ਤੋਂ ਥੱਲੇ ਨਹੀਂ ਅੱਜ ਕੱਲ੍ਹ ਆਉਂਦਾ, ਨਹੀਂ ਮਿਲਦਾ। ਠੀਕ ਹੈ ਜੀ, ਜਿਹੜੀ ਤਾਜ਼ੀ ਜੀ, ਮੇਰੀ ਐਵੇਂ ਆਪਣੀਆਂ ਅਤੇ ਉਹਨਾਂ ਘਰ ਦੀਆਂ ਕੱਟੀਆਂ ਜਾਣਾ ਮਾਸ਼ਾਅੱਲਾ ਬਣ ਕੇ ਆ ਗਈਆਂ ਨੇ। ਠੀਕ ਹੈ ਜੀ, ਅਤੇ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਜਿਹੜਾ ਕੋਈ ਭਰਾ ਰਾਬਤਾ ਕਰੇਗਾ, ਡੰਗਰਾਂ ਦੀ ਵੀ ਮੁਹੱਬਤ ਕਰਾਂਗੇ, ਅਗਰ ਕਿਸੇ ਭਰਾ ਨੇ ਇਹ ਡੇਰੇ ਦੇ ਵੀ ਪਿੱਛੇ ਤੁਸੀਂ ਜਾਣਾ ਹੈ ਤਾਂ ਹੁਣ ਉੱਥੇ ਪਾਣੀ ਖਲੋਤਾ ਆ। ਠੀਕ ਹੈ, ਇਹ ਪਿਛਲੇ ਜਿਹੜੇ 16 ਮਰਲੇ ਨੇ ਸਾਨੂੰ, ਇਹ 16 ਮਰਲੇ ਨੇ, 16 'ਚ 10 ਮਰਲੇ ਮੇਰੇ ਆਪਣੇ ਨੇ। ਅੱਛਾ, ਉਹ ਗਲੀ ਲੱਗਦੀ ਜੀ ਨਾਲ। ਠੀਕ ਹੈ, ਠੀਕ ਹੈ ਜੀ,
ਆਪਣੀ ਮਰਜ਼ੀ ਨਾਲ ਜਿਵੇਂ ਮਰਜ਼ੀ ਵੰਡ ਦੇ ਨਾਲ ਕੰਮ ਕਰ ਲਵੋ। ਗੈਸ ਹੈ ਵੇ, ਬਿਜਲੀ ਹੈ ਵੇ, ਗਲੀਆਂ ਪੱਕੀਆਂ ਨੇ, ਕੋਈ ਕਿਸੇ ਕਿਸਮ ਦੀ ਪ੍ਰੋਬਲਮ ਨਹੀਂ। ਦਿਨ ਰਾਤ ਰਾਤੀ 2-2:30 ਵਜੇ ਵੀ ਤੁਸੀਂ ਪੈਦਲ ਆ ਸਕਦੇ ਜਿੱਥੋਂ ਮਰਜ਼ੀ। ਬਿਲਕੁਲ ਜੀ, ਠੀਕ ਹੈ ਜੀ, ਬੜਾ ਸ਼ਹਿਰ ਹੈ ਹੀ ਸ਼ਹਿਰ ਹੈ। ਠੀਕ ਹੈ ਜੀ, ਜੀ ਭਾਈ ਤਾਰਕ ਸਾਹਿਬ ਬਹੁਤ ਸ਼ੁਕਰੀਆ ਜੀ, ਇਜਾਜ਼ਤ ਚਾਹੁੰਦੇ ਹਾਂ, ਅੱਲਾਹ ਹਾਫਿਜ਼।